सत श्री अकाल जी, तुसी देख रहे हो पंजाबी ग्रुप ते हुण मेरे नाल ने तुमका तुमका फिल्म दे लीड एक्टर हरदीप तिरवाल। सत श्री अकाल। सत श्री अकाल। की हाल चाल? बहुत बढ़िया, ठीक ठाक। तुहाडा ट्रेलर देख के मजा आ गया ते किते ना किते मैं इमोशनल भी हो गई। तुसी अज अपना ट्रेलर देख के इमोशनल होए कि नहीं? ਵਧੀਆ, ਮੈਨੂੰ ਇਹ ਲੱਗਿਆ ਵੀ ਮੇਰਾ ਜਿਹੜਾ ਟ੍ਰੇਲਰ ਆ ਨਾ, ਇੱਕ ਤਾਂ ਤੁਹਾਡੀ ਪ੍ਰੈਜ਼ੈਂਸ ਹੋ ਗਈ ਪ੍ਰੈਸ ਦੀ, ਦੂਸਰੀ ਗੱਲ ਹੈ ਥੀਏਟਰ 'ਚ ਰਿਲੀਜ਼ ਕਰ ਰਹੇ ਹਾਂ ਵੱਡੇ ਪਰਦੇ 'ਤੇ, ਹੈ ਨਾ। ਸੋ ਇੱਕ ਐਕਸਪੀਰੀਅੰਸ ਸੀ ਮੇਰੇ ਲਈ ਬਹੁਤ ਵਧੀਆ। ਅਤੇ ਤੁਸੀਂ 2017 ਤੋਂ ਇਸ ਪ੍ਰੋਜੈਕਟ ਦੇ ਨਾਲ ਜੁੜੇ ਹੋ, ਲਾਈਕ ਕਾਫੀ ਲੰਬੇ ਸਮੇਂ ਤੋਂ, ਅਤੇ ਕਿਉਂ ਇਹ ਤੁਹਾਡੀ ਡੈਬਿਊ ਫਿਲਮ ਹੈ, ਤੁਸੀਂ ਇਸੇ ਫਿਲਮ ਨੂੰ ਇਸੇ ਕਨਸੈਪਟ ਨੂੰ ਕਿਉਂ ਚੁਣਿਆ? ਸ਼ੁਰੂ ਤੋਂ ਅਲੱਗ ਕਰਨ ਦੀ ਕੋਸ਼ਿਸ਼ ਰਹੀ ਹੈ ਮੇਰੀ, ਅਲੱਗ ਕਰੀਏ ਜਿਹੜੀ ਚੀਜ਼, ਜਿਹੜਾ ਕਨਸੈਪਟ ਮੈਨੂੰ ਵਧੀਆ ਲੱਗਦਾ, ਈਵਨ ਗਾਣਿਆਂ 'ਚ ਵੀ ਉਹ ਕਰੀਦਾ, ਉਹ ਦਿਲ ਦੇ ਕਰੀਬ ਹੋ ਜਾਂਦਾ। ਦੈਟਸ ਵਾਈ ਇਹ ਚੂਜ਼ ਕੀਤਾ। ਲਾਈਕ ਅਸੀਂ ਪਹਿਲੇ ਵੀ ਕਾਫੀ ਫਿਲਮਾਂ ਦੇਖੇ ਨੇ, ਜਿਵੇਂ ਬਾਲੀਵੁੱਡ ਦੀਆਂ ਫਿਲਮਾਂ ਹੁੰਦੇ ਨੇ, ਉਹਨਾਂ ਵਿੱਚ ਅਗਰ ਕੋਈ ਕੈਂਸਰ ਪੇਸ਼ੈਂਟ ਹੋਵੇ ਤਾਂ ਉਹ ਮੇਕਅਪ ਆਰਟਿਸਟ, ਲਾਈਕ ਮੇਕਅਪ ਆਰਟਿਸਟ ਇਹੋ ਜਿਹਾ ਕਮਾਲ ਕਰਦੇ ਨੇ ਕਿ ਉਹ ਕੈਂਸਰ ਪੇਸ਼ੈਂਟ ਲੱਗਦੇ ਨੇ, ਪਰ ਤੁਸੀਂ ਕੈਂਸਰ ਪੇਸ਼ੈਂਟ ਦੀ ਜ਼ਿੰਦਗੀ ਨੂੰ ਮਤਲਬ ਇੱਕ ਤਰ੍ਹਾਂ ਨਾਲ ਜੀਆ ਇਸ ਫਿਲਮ ਦੇ ਵਿੱਚ, ਉਹ ਕਿਰਦਾਰ ਤੁਸੀਂ ਉਹ ਰਿਐਲਿਟੀ ਵਿੱਚ ਤੁਸੀਂ ਵੜ ਕੇ ਆਏ ਹੋ, ਤਾਂ ਉਹਦੇ ਬਾਰੇ ਕੀ ਕਹਿਣਾ? ਆਪ ਦੋਨੇ ਆਪਸ਼ਨ ਹੁੰਦੇ ਨੇ, ਪਰ ਇਹ ਨਹੀਂ ਹੋ ਸਕਦਾ ਵੀ 100% ਕੰਮ VFX ਨਾਲ ਹੀ ਹੋ ਜਾਵੇ, ਈਵਨ ਇਨ ਬਾਲੀਵੁੱਡ, ਹੈ ਨਾ। ਤੁਹਾਨੂੰ ਐਫਰਟ ਕਰਨੇ ਪੈਂਦੇ ਆ, ਅਤੇ ਸਾਡੀ ਕੋਸ਼ਿਸ਼ ਇਹ ਸੀ ਵੀ ਜੇ ਐਫਰਟ ਹੀ ਜ਼ਿਆਦਾ ਕਰ ਲਈਏ, 4 ਪੈਸੇ ਬਚਾ ਲਾਂਗੇ। ਹਾਂਜੀ, ਅਤੇ ਹੁਣ ਤੁਸੀਂ ਕੈਂਸਰ ਪੇਸ਼ੈਂਟਸ ਦੇ ਲਈ ਥੋੜ੍ਹਾ ਇਮੋਸ਼ਨਲ ਫੀਲ ਕਰਦੇ ਹੋ, ਕੀ ਫੀਲ ਕਰਦੇ ਹੋ ਉਹਨਾਂ ਦੇ ਲਈ? ਕਾਫੀ ਲੋਕ ਹੁੰਦੇ ਨੇ ਜੋ ਆਪਣੀ ਮਤਲਬ ਜ਼ਿੰਦਗੀ ਵਿੱਚ ਮਤਲਬ ਉਹਨਾਂ ਨੂੰ ਉਹ ਮੋਟੀਵੇਸ਼ਨ ਨਹੀਂ ਮਿਲ ਪਾਉਂਦੀ, ਉਹ ਹਾਰ ਜਾਂਦੇ ਨੇ, ਉਹਨਾਂ ਨੂੰ ਲੱਗਦਾ ਹੈ ਕਿ ਹੁਣ ਉਹਨਾਂ ਨੂੰ ਕੈਂਸਰ ਹੋ ਗਿਆ, ਸ਼ਾਇਦ ਉਹਨਾਂ ਦੀ ਜ਼ਿੰਦਗੀ ਖਤਮ ਹੈ, ਪਰ ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਕਹਿਣਾ ਤਾਂ ਕੀ ਹੈ ਜੀ, ਜਿਹੜੀ ਅਸੀਂ ਚੀਜ਼ ਬਣਾਈ ਆ, ਮੈਂ ਕਹਿੰਦਾ ਵੀ ਜੇ ਇੱਕ ਵੀ ਬੰਦਾ ਦੇਖਦਾ, ਕੋਈ ਮਰੀਜ਼ ਆ ਜਾਂ ਕੋਈ ਐਸੇ ਬਿਮਾਰੀ ਨਾਲ ਪੀੜਤਾ, ਜੇ ਕਿਸੇ ਨੂੰ ਪੋਜ਼ਿਟਿਵਿਟੀ ਮਿਲਦੀ ਹੈ ਨਾ, ਤਾਂ ਬੜੀ ਖੁਸ਼ੀ ਹੋਊਗੀ। ਇਸ ਤੋਂ ਪਹਿਲਾਂ ਹਰਜੀਤਾ ਫਿਲਮ ਆਈ ਸੀ, ਉਹਦੇ ਵਿੱਚ ਐਮੀ ਵਿਰਕ ਨੇ ਵੀ ਜਿਹੜਾ ਕੈਰੇਕਟਰ ਕੀਤਾ ਸੀ ਉਹਦੇ ਲਈ ਕਾਫੀ ਮਿਹਨਤ ਕੀਤੀ ਸੀ, ਉਹਨਾਂ ਨੇ ਵੀ ਕਾਫੀ ਜ਼ਿਆਦਾ ਵੇਟ ਲੂਜ਼ ਕੀਤਾ ਸੀ, ਤੇ ਤੁਸੀਂ ਥੋੜੀ ਉਹਨਾਂ ਤੋਂ ਲਈ ਸੀ ਮਤਲਬ ਇਨਸਪੀਰੇਸ਼ਨ ਵਗੈਰਾ ਜਾਂ ਕੁਝ? ਨਹੀਂ, ਐਸ ਸੱਚ ਤਾਂ ਨਹੀਂ ਲਈ ਵੈਸੇ, ਪਰ ਇਨਸਪੀਰੇਸ਼ਨ ਤੁਹਾਡਾ ਕੈਰੇਕਟਰ ਦਿੰਦਾ, ਮਤਲਬ ਮੈਂ ਕਿਸੇ ਤੋਂ ਵੈਸੇ ਲੈਂਦਾ ਨਹੀਂ ਇਨਸਪੀਰੇਸ਼ਨ, ਐਸ ਸੱਚ ਆਪਣੇ ਆਪ ਆਪਣੇ ਕੈਰੇਕਟਰ ਤੋਂ। ਤੇ ਸਾਰੇ ਤੁਣਕਾ ਤੁਣਕਾ ਫਿਲਮ ਨੂੰ ਤੁਹਾਡੇ ਗਾਣੇ ਦੇ ਨਾਲ ਰਿਲੇਟ ਕਰ ਰਹੇ ਨੇ, ਠੋਕਰ ਦੇ ਨਾਲ, ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਆ ਗਾਣੇ ਦੇ ਨਾਲ ਇਸ ਕਰਕੇ ਰਿਲੇਟ ਕਰ ਰਹੇ ਕਿਉਂਕਿ ਟਾਈਟਲ ਇਹਦਾ ਉਦਾਂ ਹੀ ਆ, ਅਦਰਵਾਈਜ਼ ਸਟੋਰੀ ਦਾ ਕੋਈ ਸੰਬੰਧ ਨਹੀਂ ਇਹਦੇ ਨਾਲ। ਹਾਂਜੀ। ਤੇ ਤੁਸੀਂ ਜਾਂਦੇ ਜਾਂਦੇ ਫੈਨਸ ਲਈ ਇੱਕ ਗਾਣਾ? ਗਾਣਾ ਮੈਂ ਸੁਣਾ ਦਿੰਦਾ। ਠੋਕਰ ਠੋਕਰ ਖਾ ਕੇ ਉੱਠੀ ਇਹ, ਬੱਲਿਆ ਪੈਰ ਪਿੱਛੇ ਤਾਂ ਪੱਟੀਏ, ਪਹਿਲਾਂ ਪਹਿਲਾਂ ਕਿਸਮਤ ਨਖਰੇ ਕਰਦੀ ਹੁੰਦੀ ਆ, ਤੁਣਕਾ ਤੁਣਕਾ ਕਰਕੇ ਗੁੱਡੀ ਚੜਦੀ ਹੁੰਦੀ ਆ। ਬੈਸਟ ਆਫ ਲੱਕ ਤੁਹਾਨੂੰ ਫਿਲਮ ਦੇ ਲਈ, ਆਈ ਐਮ ਸ਼ੋਰ ਇਹ ਫਿਲਮ ਹਿੱਟ ਹੋਣ ਵਾਲੀ ਹੈ। ਥੈਂਕ ਯੂ ਸੋ ਮਚ।